ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕਿ ਸੰਗਤ ਗੁਰੂਆਂ ਦੀ ਫੋਟੋ ਜਾਂ ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕਿ ਸੰਗਤ ਗੁਰੂਆਂ ਦੀ ਫੋਟੋ ਜਾਂ ਬਾਪੂ ਜੀ। ਅੱਛਾ ਤਾਂ ਬੰਦੀ ਸਿੰਘਾਂ ਦੀ ਫੋਟੋ ਨੀ ਲਾਉਣੀ ਸੰਗਤ ਕਹਿੰਦੀ, ਸੰਤਾਂ ਦੀ ਫੋਟੋ ਨੀ ਲਾਉਣੀ। ਕਿਉਂ ਨੀ ਲੱਗੂਗੀ? ਕਿਉਂ ਨੀ ਲੱਗੂਗੀ ਸੰਤਾਂ ਦੀ ਫੋਟੋ? ਫਿਰ ਬਹਿਸ ਵਾਲੀ ਗੱਲ ਹੋ ਗਈ, ਇੱਥੇ ਲੱਗੇਗੀ ਜਾਂ ਗੁਰੂਆਂ ਦੀ ਜਾਂ ਬਾਬਾ ਦੀਪ ਸਿੰਘ ਦੀ ਫੋਟੋ, ਨਹੀਂ ਲੱਗੇ। ਸਾਡੀ ਮਰਜ਼ੀ ਆ, ਬਿਲਕੁਲ ਸਾਡੀ ਮਰਜ਼ੀ। ਇਹ ਤੇ ਪੰਥ ਦਾ ਵਾ, ਬਿਲਕੁਲ ਨਹੀਂ ਨਾ। ਇੱਥੇ ਮੈਨੇਜਮੈਂਟ ਦਾ ਪੰਥ ਤੇ ਕਿਵੇਂ ਹੋ ਗਿਆ? ਨਹੀਂ, ਇਹ ਤੇ ਪੰਥ ਦਾ, ਸਾਰੇ ਪੰਥ ਦਾ। ਤੁਹਾਨੂੰ ਸੇਵਾ ਦਿੱਤੀ ਆ ਜੀ, ਸੇਵਾ ਦਿੱਤੀ ਤੁਹਾਨੂੰ। ਇੱਥੇ ਨਹੀਂ ਲੱਗੇਗੀ ਫੋਟੋ, ਮੈਂ ਲਾਵਾਂ, ਨਹੀਂ ਲੱਗੇ। ਫੋਟੋ ਲਾਓ, ਲਾਓ ਲੱਗੀ ਸੰਤਾਂ ਦੀ ਫੋਟੋ, ਲਾ ਦੋ ਲਾ ਦੋ ਵੀਡੀਓ ਬਣਾਓ, ਸੰਤਾਂ ਦੀ ਫੋਟੋ ਲਾ ਲਓ। ਮੇਰੀ ਮਾਲਕੀ ਇਸੇ ਗੁਰਦੁਆਰੇ ਆਹੋ ਪ੍ਰਧਾਨ ਜੀ, ਲਾਓ ਸੰਤਾਂ ਦੀ ਫੋਟੋ। ਤੁਹਾਨੂੰ ਪਤਾ ਸੰਤਾਂ ਦੀ ਫੋਟੋ ਨੂੰ ਹੱਥ ਪਾਉਂਦੇ, ਅਗਲਾ ਤੁਸੀਂ ਐਵੇਂ ਖਲੋਤੇ ਲੱਗੇਗੀ, ਨਹੀਂ ਲੱਗੇਗੀ, ਨਹੀਂ ਲੱਗੇਗੀ। ਤੂੰ ਕੌਣ ਕਹਿੰਦਾ ਮੈਂ ਸਿੱਖ ਨੀ ਗਾ? ਫੋਟੋ ਲਾ ਯਾਰ, ਮੈਂ ਤਾਂ ਕਰੇ ਹੱਥ ਨੀ ਚੁੱਕੇਗਾ, ਹੱਥ ਨੀ ਚੁੱਕੇਗਾ। ਲਾ ਜੋ ਫੋਟੋ ਬਾਹਰ, ਫੋਟੋ ਲਾ ਕੇ ਦਿਲ ਲਾ, ਫੋਟੋ ਲਾ ਯਾਰ, ਮੈਂ ਰੱਖ ਉੱਤੇ। ਮੈਂ ਖੜਾ ਫੜ ਫੋਟੋ ਲਾ, ਲਾ ਤਾਂ ਕਰਕੇ ਟੰਗ ਦੇ। ਪਿਆਰ ਨਾ ਭਾਜੀ, ਧੱਕੇ ਤੁਸੀਂ ਮਾਰਨ ਦੇ ਮਾਰੇ, ਕਿਉਂ ਨੀ ਮਾਰੇ? ਕਿੰਨੇ ਮਾਰੇ? ਤੰਬੂ ਪੁੱਟਿਆ ਕੋਲ ਭਾਜੀ, ਮੈਂ ਤੁਹਾਨੂੰ ਪਿਆਰ ਨਾ ਕਹਿੰਦੇ। ਪਿਆਰ ਨਾ ਕਿੱਥੋਂ? ਤੁਸੀਂ ਸਵੇਰ ਦੀਆਂ ਫੋਟੋਆਂ ਖੋਲ ਲਿਆ ਕਦੀ ਕੋਹ? ਇਹ ਗੱਲ ਪੈ ਗਈ ਕੈਪਟਨ ਤਰਨਲ ਹੋਣਾ। ਸੰਗਤ ਪੈ ਗਈ ਫੋਟੋ ਨੀ ਹੋਇਆ ਇਸ਼ੂ ਆ, ਬਣਿਆ ਬੜਾ ਮੋਬਾਈਲਾਂ ਚੱਲਣ ਦਿਆ। ਠੀਕ ਆ,
ਉਹ ਕੱਲ ਵੀ ਥੋੜਾ ਇਸ਼ੂ ਹੋਇਆ ਜੀ ਚਲੀ ਆਪਾਂ Subscribe to One India channel and never miss an update.